ਜਲੰਧਰ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਸਿੱਖਿਆ ਟੂਰ ਤੇ ਜਾਪਾਨ ਜਾਣਗੇ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਿਕਰਮਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੱਦਾ ਟੀਵੀ NRI। ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 8 ਵਿਦਿਆਰਥਣਾਂ ਨੂੰ ਸਿੱਖਿਆ ਦੌਰੇ ਤੇ ਜਾਪਾਨ ਭੇਜਣ ਦਾ ਐਲਾਨ ਕੀਤਾ ਹੈ। ਪੰਜਾਬ ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ ਅਤੇ ਇਸ ਲਈ ਪਹਿਲੀ ਵਾਰ ਟਰਾਂਸਪੋਰਟ ਦੇ ਪ੍ਰਬੰਧ ਕੀਤੇ ਗਏ ਹਨ। ਸਕੂਲਾਂ ਵਿੱਚ ਕੀਤੀ ਹੈ, ਤੁਹਾਨੂੰ ਦੱਸ ਦੇਈਏ ਕਿ ਜਲੰਧਰ ਅਤੇ ਕਪੂਰਥਲਾ ਸਮੇਤ 6 ਹੋਰ ਜ਼ਿਲ੍ਹਿਆਂ ਦੀਆਂ 8 ਵਿਦਿਆਰਥਣਾਂ ਜੋ ਪੜ੍ਹਾਈ ਵਿੱਚ ਹੁਸ਼ਿਆਰ ਹਨ ਨੂੰ 7 ਦਿਨਾਂ ਲਈ ਹੋਰ ਵਿਗਿਆਨ ਅਤੇ ਤਕਨਾਲੋਜੀ ਦੀ ਸਿੱਖਿਆ ਲਈ ਵਿਦੇਸ਼ ਭੇਜਿਆ ਜਾਵੇਗਾ। ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖਵਾਇਸ਼ ਨੇ ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ। ਆਓ ਜਾਂਦੇ ਹੈ ਸਾਡੀ ਟੀਮ ਨੂੰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ ਮਸੰਦਾ ਜਲੰਧਰ ਦੀ ਵਿਦਿਆਰਥਣ ਖਵਾਇਸ਼ ਅਤੇ ਪ੍ਰਿੰਸੀਪਲ ਦਿਲਵੀਰ ਕੌਰ ਨੇ ਕੀ ਕਿਹਾ। ਸਾਡੇ ਲਈ ਅੱਜ ਸਕੂਲ ਦੇ ਲਈ, ਇਸ ਪਿੰਡ ਦੇ ਲਈ ਔਰ ਜਲੰਧਰ ਡਿਸਟ੍ਰਿਕਟ ਲਈ ਔਰ ਪੰਜਾਬ ਦੇ ਲਈ ਇੱਕ ਬੜਾ ਇਤਿਹਾਸਿਕ ਦਿਨ ਹੈ ਕਿ ਇੱਕ ਪਿੰਡ ਦਾ ਬੱਚਾ ਜਿਹੜਾ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਿਆ ਹੈ ਉਹ ਪੰਜਾਬ ਦੇ ਵਿੱਚ ਉਹਨੇ ਮੈਰਿਟ ਲਿਸਟ ਦੇ ਵਿੱਚ 8ਵਾਂ ਸਥਾਨ ਜਿਹੜਾ ਹਾਸਲ ਕੀਤਾ ਹੈ ਅਤੇ ਉਹਨੂੰ ਚਾਂਸ ਮਿਲਿਆ ਹੈ ਜਾਪਾਨ ਜਾਣ ਦਾ। ਅਸੀਂ ਸਾਰੇ ਹੀ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਖੁਆਇਸ਼ 'ਤੇ ਔਰ ਬਾਕੀ ਬੱਚਿਆਂ ਲਈ ਵੀ ਇਹ ਇੱਕ ਬਹੁਤ ਹੀ ਮੋਟੀਵੇਸ਼ਨ ਇੰਸਪੀਰੇਸ਼ਨ ਹੈ ਕਿ ਬਾਕੀ ਬੱਚੇ ਵੀ ਸਾਡੇ ਹੈ ਅੱਗੇ ਤੋਂ ਇਸੇ ਤਰ੍ਹਾਂ ਮਿਹਨਤ ਕਰਨਗੇ ਔਰ ਉਹਨਾਂ ਦਾ ਨਾਮ ਵੀ ਮੈਰਿਟ ਵਿੱਚ ਆਏਗਾ ਅਤੇ ਉਹਨਾਂ ਨੂੰ ਵੀ ਚਾਂਸ ਮਿਲੇਗਾ ਬਾਹਰ ਜਾਣ ਦਾ। ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਔਰ ਗਵਰਨਮੈਂਟ ਆਫ ਇੰਡੀਆ ਦਾ ਜਿਨ੍ਹਾਂ ਨੇ ਇਹ ਇੱਕ ਸਾਨੂੰ ਅਪਰਚੁਨਿਟੀ ਦਿੱਤੀ ਹੈ ਕਿ ਜਾਪਾਨ ਵਰਗੇ ਕੰਟਰੀ ਦੇ ਵਿੱਚ ਬੱਚੇ ਨੂੰ ਸਾਇੰਸ ਦੇ ਇੰਟਰੈਕਸ਼ਨ ਪ੍ਰੋਗਰਾਮ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਥੈਂਕ ਯੂ। ਗੱਲ ਕਰੀਏ ਪ੍ਰਾਈਵੇਟ ਸਕੂਲ ਦੇ ਬੱਚੇ ਹਜੇ ਵੀ ਜੋ ਮਾਂ ਪਿਓ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪਾਉਂਦੇ ਨੇ, ਲੇਕਿਨ ਜਦੋਂ ਪੰਜਾਬ ਸਰਕਾਰ ਆਈ ਹੈ ਉਦੋਂ ਤੋਂ ਦੇਖਿਆ ਜਾ ਰਿਹਾ ਕਿ ਪ੍ਰਾਈਵੇਟ ਨਾਲੋਂ ਅੱਗੇ ਸਰਕਾਰੀ ਸਕੂਲ ਅੱਗੇ ਵੱਧ ਰਹੇ ਨੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੁਣ ਐਜੂਕੇਸ਼ਨ ਟੂਰ ਜੋ ਕਿ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਉਪਰਾਲਾ ਕੀਤਾ, ਕਿਸ ਤਰ੍ਹਾਂ ਦੇਖਦੇ ਹੋ ਸਰ? ਹਾਂਜੀ, ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਇੱਥੇ ਵੀ ਹੁਣ ਪ੍ਰਾਈਵੇਟ ਸਕੂਲਸ ਵਾਲੀਆਂ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਹੈ ਉਹ ਸਕੂਲ ਦੇ ਵਿੱਚ ਅਵੇਲੇਬਲ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਟੀਚਰਸ ਹੈ ਉਹ ਬਹੁਤ ਮਿਹਨਤੀ ਹੈ, ਐਕਸਟਰਾ ਕਲਾਸਿਸ ਲਗਾਉਂਦੇ ਹੈ ਜਿਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਕਿ ਬੱਚਾ ਇੰਨੇ ਅੱਛੇ ਨੰਬਰ ਲੈ ਕੇ ਇਹਨੂੰ ਅੱਜ ਇੱਕ ਚਾਂਸ ਮਿਲਿਆ ਹੈ ਜਾਪਾਨ ਵਿਜ਼ਿਟ ਕਰਨ ਦਾ। ਪੰਜਾਬ ਸਰਕਾਰ ਵੱਲੋਂ ਕਾਫੀ ਵਧੀਆ ਉਪਰਾਲਾ ਹੈ। ਮੈਂ ਕਦੀ ਸੋਚਿਆ ਨਹੀਂ ਸੀ ਕਿ ਇੰਨੀ ਛੋਟੀ ਉਮਰ ਵਿੱਚ ਮੈਂ ਫੋਰਨ ਵੀ ਜਾ ਸਕਦੀ ਹਾਂ, ਅਤੇ ਕਾਫੀ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਸ ਦੇ ਅੰਡਰ ਮੈਂ ਜਾਪਾਨ ਜਾ ਕੇ ਉੱਥੋਂ ਦੀ ਟੈਕਨੋਲੋਜੀ ਨੂੰ ਐਕਸਪਲੋਰ ਕਰ ਸਕਦੀ ਹਾਂ, ਉੱਥੇ ਦੀ ਟੈਕਨੋਲੋਜੀ ਦੇ ਬਾਰੇ ਜਾਣ ਸਕਦੀ ਜਿਹੜੀ ਇੱਥੇ ਇੰਡੀਆ ਵਿੱਚ ਹਲੇ ਓਨੀ ਡਿਵੈਲਪਮੈਂਟ ਨਹੀਂ ਹੋਈ ਹੈ। ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਦੋਂ ਮਾਂ ਪਿਓ ਨੂੰ ਪਤਾ ਲੱਗਾ ਕਿ ਮੇਰਾ ਬੱਚਾ ਜਾ ਰਿਹਾ, ਕਿਸ ਤਰ੍ਹਾਂ ਦਾ ਮਾਹੌਲ ਸੀ? ਬਾਕੀ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਰਿਸ਼ਤੇਦਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ? ਘਰ ਵਿੱਚ ਸਾਰੇ ਕਾਫੀ ਖੁਸ਼ ਨੇ। ਜਦੋਂ ਮੇਰੀ 10th ਦੀ ਮੈਰਿਟ ਦਾ ਰਿਜ਼ਲਟ ਆਇਆ ਸੀ ਉਦੋਂ ਸਾਰਿਆਂ ਨੇ ਕਾਫੀ ਮੈਨੂੰ ਕੰਗਰੈਟਸ ਕੀਤਾ ਸੀ, ਰਿਲੇਟਿਵਸ ਵਿੱਚ ਵੀ ਸਾਰਿਆਂ ਨੇ, ਪਰ ਆ ਨਹੀਂ ਸੋਚਿਆ ਸੀ ਕਿ ਜਾਪਾਨ ਵੀ ਜਾਵਾਂਗੇ, ਲੇਕਿਨ ਹੁਣ ਇਹ ਮੌਕਾ ਮਿਲਿਆ ਅਤੇ ਸਾਰੇ ਬਹੁਤ ਜ਼ਿਆਦਾ ਖੁਸ਼ ਹੈਗੇ ਹੈ। ਮੇਰੇ ਸਾਰੇ ਕਲਾਸ ਫੈਲੋਜ਼ ਵੀ ਮੈਨੂੰ ਕਾਫੀ ਕੰਗਰੈਟਸ ਕਰ ਲਏ ਨੇ ਅਤੇ ਸਾਰੇ ਕਾਫੀ ਜ਼ਿਆਦਾ ਹੈਲਪਫੁਲ ਨੇ। ਕਦੇ ਸੋਚਿਆ ਸੀ ਕਿ ਮੈਂ ਬਾਹਰ ਜਾਊਂਗੀ? ਸਪਨਾ ਸੀ ਬਾਹਰ ਜਾਣ ਦਾ ਕਿ ਮੈਂ ਬਾਹਰ ਜਾ ਕੇ ਪੜ੍ਹਾਂ? ਨਹੀਂ, ਮੈਂ ਕਦੇ ਸੋਚਿਆ ਨਹੀਂ ਸੀ, ਉਹ ਵੀ ਇੰਨੀ ਛੋਟੀ ਏਜ 'ਚ, ਹਲੇ ਮੈਂ 18 ਅਬਵ ਵੀ ਨਹੀਂ ਹਾਂ, ਅਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਇੱਦਾਂ ਬਾਹਰ ਜਾਊਂਗੀ। ਮੈਂ ਥੈਂਕਫੁਲ ਹਾਂ ਪੰਜਾਬ ਸਰਕਾਰ। ਗੱਲ ਕਰੀਏ ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਟਾਈਮ ਵੇਸਟ ਕਰਦੇ ਆ, ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਦੋਂ ਉਹ ਜ਼ਿਆਦਾ ਪੜ੍ਹੇ ਲਿਖੋਗੇ ਫਿਰ ਤਾਂ ਹੀ ਪੰਜਾਬ ਸਰਕਾਰ ਉਹਨਾਂ ਨੂੰ ਮੌਕਾ ਦੇਗੀ ਨਾ ਬਾਹਰ ਜਾਣ ਦਾ, ਉਹਨਾਂ ਦੇ ਲਈ ਕੀ ਇੱਕ ਮੈਸੇਜ ਤੁਸੀਂ ਦੇਣਾ ਚਾਹੁੰਦੇ? ਸੋਸ਼ਲ ਮੀਡੀਆ ਅੱਜ ਕੱਲ੍ਹ ਕਾਫੀ ਡਿਸਟਰੈਕਸ਼ਨਸ ਹੈਗੇ ਆ, ਜੇ ਆਪਾਂ ਉਹਨਾਂ ਨੂੰ ਅਵੋਇਡ ਕਰੀਏ ਤਾਂ ਆਪਾਂ ਕਾਫੀ ਕੁਝ ਅਚੀਵ ਕਰ ਸਕਦੇ ਹਾਂ। ਇਸ ਲਈ ਆਪਣਾ ਟਾਈਮ ਸੋਸ਼ਲ ਮੀਡੀਆ 'ਤੇ ਵੇਸਟ ਨਾ ਕਰਕੇ ਜੇ ਆਪਾਂ ਪੜ੍ਹਾਈ ਵੱਲ ਧਿਆਨ ਦੇਈਏ ਤਾਂ ਆਪਾਂ ਕਾਫੀ ਕੁਝ ਅਚੀਵ ਕਰ ਸਕਦੇ ਹਾਂ, ਜਿਹਦੇ ਵਿੱਚ ਸਰਕਾਰ ਵੀ ਸਾਡੀ ਕਾਫੀ ਹੈਲਪ ਕਰਦੀ ਆ।